ਮੇਰੇ 2002 'ਚ ਲੜਕੀ ਦਾ ਰੇਪ ਕੇਸ ਹੋਇਆ ਸੀਗਾ, 2006 'ਚ ਮੇਰੇ ਸੱਟਾਂ ਵੱਜੀਆਂ ਸੀ, ਸਾਨੂੰ ਕੈਪਟਨ ਨੇ ਸਰਕਾਰ ਨੇ ਵਾਅਦੇ ਕੀਤੇ ਸੀ ਸਾਡੇ ਨਾਲ, 5 ਕਿੱਲੇ ਸਰਕਾਰੀ ਵਾਹਣ ਦੇ ਕੀਤੇ ਸੀ, ਮੇਰੇ ਘਰ ਵਾਲੀ ਨੂੰ ਨੌਕਰੀ ਕਿਹਾ ਸੀਗਾ ਜੀ, ਮੇਰਾ ਘਰ ਪਾਉਣ ਨੂੰ ਕਿਹਾ ਸੀ, ਮੈਨੂੰ ਬੰਦਾ ਸਾਂਭਣ ਨੂੰ ਕਿਹਾ ਸੀ, ਮੇਰਾ ਕੋਈ ਵਾਅਦਾ ਨਹੀਂ ਪੂਰਾ ਕੀਤਾ। ਮੈਂ ਹੁਣ ਇਹ ਮੰਗਦਾ ਮੰਗ ਵੀ ਮੇਰੇ 2 ਲੜਕਾ ਅਤੇ ਲੜਕੀ ਨੇ 12-12 ਪੜ੍ਹੇ ਆ, ਭਾਵਾਂ ਸਾਨੂੰ PN ਦੀ ਨੌਕਰੀ ਮਿਲ ਜੇ ਅਤੇ ਸਾਨੂੰ ਨੌਕਰੀ ਆਮ ਪਾਰਟੀ ਦੀ ਸਰਕਾਰ ਦੇਵੇ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ।